ਗੁੱਡ ਆਫਟਰਨੂਨ ਸਟੂਡੈਂਟਸ ਜਿਵੇਂ ਕਿ ਪੀ ਟੈਟ ਦਾ ਜੋ ਐਗਜ਼ਾਮ ਹੈ 24 ਦਸੰਬਰ ਨੂੰ ਆ ਰਿਹਾ ਜਲਦੀ ਆ ਗਿਆ ਬਹੁਤ ਤੇ ਉਹਦੇ ਲਈ ਆਪਾਂ 50 ਕੁਐਸ਼ਨਸ ਨੇ ਸਾਈਕੋਲੋਜੀ ਦੇ ਜੋ ਤਿਆਰ ਕੀਤੇ ਆ 50 ਕੁਐਸ਼ਨ 50 50 ਦੀ ਇੱਕ ਸੀਰੀਜ਼ ਮੈਂ ਇਕੱਠੀ ਪਾਉਂਗਾ ਹੁਣ ਤੁਸੀਂ ਕਰ ਸਕਦੇ ਹੋ ਇਹ ਸਾਰੇ ਇੰਪੋਰਟੈਂਟ ਕੁਐਸ਼ਨ ਹੈ ਜੋ ਐਗਜ਼ਾਮ ਦੇ ਵਿੱਚ ਆਏ ਹੋਏ ਨੇ ਤੇ ਜਿੱਦਾਂ ਕਿ ਫਸਟ ਕੁਐਸ਼ਨ ਹੈ ਹੂ 기ਵਨ ਦਾ ਇਨਸਟਰੂਮੈਂਟਲ ਕੰਡੀਸ਼ਨਿੰਗ ਥਿਊਰੀ ਕਿਹਨੇ ਦਿੱਤੀ ਹੈ ਇਹ ਆਪਾਂ ਸਾਰੀਆਂ ਥਿਊਰੀਆਂ ਤੁਹਾਨੂੰ ਪੜਾਈਆਂ ਵੀ ਨੇ ਲਾਸਟ ਵੀਡੀਓ ਦੇ ਵਿੱਚ ਇਹ ਸਕਿਨਰ ਨੇ ਦਿੱਤੀ ਹੈ ਤੇ ਥੌਂਡਾਈਕ ਨੇ ਦਿੱਤੀ ਹੈ ਆਪਣੀ ਟ੍ਰਾਇਲ ਐਂਡ ਐਰਰ ਤੇ ਕੋਹਲਰ ਨੇ ਦਿੱਤੀ ਹੈ ਆਪਣੀ ਇਨਸਾਈਟ ਤੇ ਪਾਵਲੋਵ ਨੇ ਦਿੱਤੀ ਹੈ ਕਲਾਸਿਕਲ ਕੰਡੀਸ਼ਨਿੰਗ ਫਿਰ ਆ ਗਿਆ ਫਾਦਰ ਆਫ ਐਜੂਕੇਸ਼ਨਲ ਸਾਈਕੋਲੋਜੀ ਕਿਹਨੂੰ ਕਿਹਾ ਜਾਂਦਾ ਹੈ ਐਡਵਰਡ ਲੀ ਥੌਂਡਾਇਕ ਫਾਦਰ ਆਫ ਸਾਈਕੋਲੋਜੀ ਵਿਲੀਅਮ ਵਾਂਡਟ ਟੋਟਲ ਨੰਬਰ ਆਫ ਬੋਨਸ ਇਨ ਐਨ ਇਨਫੈਂਟ ਇੱਕ ਬੱਚੇ ਦੇ ਸਰੀਰ ਦੇ ਵਿੱਚ ਸ਼ਿਸ਼ੂ ਕਹਿੰਦੇ ਆ ਜਿਹਦੇ ਉਹਦੀ ਬਾਡੀ ਦੇ ਵਿੱਚ ਕਿੰਨੀਆਂ ਬੋਨਸ ਹੁੰਦੀਆਂ ਨੇ 270 ਆ ਬਹੁਤ ਇੰਪੋਰਟੈਂਟ ਆ ਕੁਐਸਚਨ ਯਾਦ ਰੱਖਿਓ ਕਈ ਵਾਰੋ ਇਗਜ਼ਾਮ ਦੇ ਵਿੱਚ ਆਇਆ ਹੈ ਕਿੰਡਰਗਾਰਟਨ ਮੈਥਡ ਸਕੂਲ ਵੀ ਹੈ ਤੇ ਫੋਰੇਬਲ ਦਾ ਦਿੱਤਾ ਹੋਇਆ ਹੈ ਪਲੇਵੇ ਮੈਥਡ ਕਿਹਨੇ ਦਿੱਤਾ ਸੀਗਾ ਕੁੱਕ ਨੇ ਫਰਸਟ ਲੈਬੋਰਟਰੀ ਆਫ ਸਾਈਕੋਲੋਜੀ ਇਨ ਇੰਡੀਆ ਐਸ ਐਨ ਸੇਨ ਗੁਪਤਾ ਕਲਕੱਤੇ ਦੇ ਵਿੱਚ ਕਰੀ ਸੀ ਉਹਨਾਂ ਨੇ ਇਹਦੀ ਸਥਾਪਨਾ ਪੋਜ਼ਿਟਿਵ 네ਗੇਟਿਵ ਐਂਡ ਜ਼ੀਰੋ ਟਰਾਂਸਫਰ ਆਫ ਲਰਨਿੰਗ ਲਰਨਿੰਗ ਟਰਾਂਸਫਰ ਆਫ ਲਰਨਿੰਗ ਪਹਿਲੀ ਗੱਲ ਤਾਂ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਪੋਜ਼ਿਟਿਵ 네ਗੇਟਿਵ ਤੇ ਜ਼ੀਰੋ ਕਿਹਨੇ ਦਿੱਤੀ ਹੈ ਇਹ ਥੌਨਡਾਈਕ ਨੇ ਫਿਰ ਆ ਗਿਆ ਜੀ 9th ਕੁਐਸਚਨ ਅਡੋਲੋਸੈਂਸ ਜਿਹੜਾ ਇਹ ਇਹ ਸ਼ਬਦ ਕਿਹਨੇ ਦਿੱਤੇ ਨੇ ਅਡੋਲੋਸੈਂਸ ਹਾਲ ਨੇ ਅਡੋਲੋਸੈਂਸ ਤੂਫਾਨ ਦੀ ਅਵਸਥਾ ਇਹ ਵੀ ਹਾਲ ਨੇ ਕਿਹਾ ਹੈ ਇਹ ਵੀ ਆ ਸਕਦਾ ਤੁਹਾਨੂੰ ਤੂਫਾਨ ਦੀ ਅਵਸਥਾ ਕਿਹਨੂੰ ਕਿਹਾ ਜਾਂਦਾ ਅਡੋਲੋਸੈਂਸ ਨੂੰ ਕਿਹਾ ਜਾਂਦਾ ਕਿਹਨੇ ਦਿੱਤੇ ਸੀ ਹਾਲ ਨੇ ਅੱਗੇ ਆ ਗਿਆ IQ ਮੈਂਟਲ ਏਜ ਓਵਰ ਕਰਨੋਲੋਜੀਕਲ ਏਜ ਇੰਟੂ 100 ਮੈਂਟਲ ਏਜ ਜਿਵੇਂ ਕਿ ਇਹ ਕੁਐਸਚਨ ਪੇਪਰ ਚ ਆਇਆ ਵੀ ਹੋਇਆ IQ ਕੱਢਣ ਦਾ ਫਾਰਮੂਲਾ ਹੈ IQ ਦੇ ਲਈ ਆਪਾਂ ਫਾਰਮੂਲਾ ਅਪਲਾਈ ਕਰਾਂਗੇ ਜਿਵੇਂ ਅਗਲਾ ਕੁਐਸਚਨ ਹੈ ਮੈਂਟਲ ਏਜ ਤੁਹਾਨੂੰ 기ਵਨ ਹੈ 10 ਕਰਨੋਲੋਜੀਕਲ ਏਜ 5 into 100 ਇਹਦੀ ਕਟਿੰਗ ਕਰਾਂਗੇ ਤਾਂ IQ ਕਿੰਨਾ ਨਿਕਲ ਗਿਆ 200 ਇਹ IQ ਕੱਢਣ ਦਾ ਫਾਰਮੂਲਾ ਯਾਦ ਰੱਖਣਾ SR ਥਿਊਰੀ ਔਰ ਟ੍ਰਾਇਲ ਐਂਡ ਅਰਥ ਥਿਊਰੀ ਆਪਾਂ ਪਹਿਲਾਂ ਪੜਾ ਚੁੱਕੇ ਕਿਹਨੇ ਦਿੱਤੀ ਹੈ ਥੌਂਡਾਇਕ ਨੇ ਫਿਰ ਆਪਣਾ ਆ ਗਿਆ ਜੀ ਇੰਡਕਟਿਵ ਡਿਡਕਟਿਵ ਪੱਕਾ 100% ਆਊਗਾ ਇਹਦਾ ਕੁਐਸਚਨ ਕਿਸੇ ਨਾ ਕਿਸੇ ਸੈਕਸ਼ਨ ਦੇ ਵਿੱਚ ਜਾਂ ਮੈਥ ਚ ਲਾ ਲਓ ਸਾਇੰਸ ਚ ਲਾ ਲਓ ਐਸਐਸ ਚ ਲਾ ਲਓ ਕਿਸੇ ਨਾ ਕਿਸੇ ਦੇ ਵਿੱਚ ਆਊਗਾ ਪਤਾ ਹੋਣਾ ਚਾਹੀਦਾ ਇੰਡਕਟਿਵ ਕਿਹਨੇ ਦਿੱਤੀ ਹੈ ਬੈਕਨ ਨੇ ਡਿਡਕਟਿਵ ਰਿਸਟੋਟਲ ਨੇ ਇੰਡਕਟਿਵ ਦਾ ਮਤਲਬ ਕੀ ਹੁੰਦਾ ਐਗਜ਼ਾਮਪਲ ਤੋਂ ਰੂਲ ਵੱਲ ਨੂੰ ਜਾਣਾ ਡਿਡਕਟਿਵ ਦਾ ਮਤਲਬ ਹੁੰਦਾ ਰੂਲ ਤੋਂ ਐਗਜ਼ਾਮਪਲ ਬਸ ਇੱਥੇ ਉਲਝਦੇ ਨੇ ਬੱਚੇ ਧਿਆਨ ਰੱਖਿਓ ਇੰਡਕਟਿਵ ਹੁੰਦੀ ਹੈ ਐਗਜ਼ਾਮਪਲ ਤੋਂ ਰੂਲ ਵੱਲ ਨੂੰ ਤੇ ਡਿਡਕਟਿਵ ਹੁੰਦੀ ਹੈ ਰੂਲ ਤੋਂ ਐਗਜ਼ਾਮਪਲ ਵੱਲ ਨੂੰ ਅਗਲਾ ਆ ਗਿਆ ਅਕੋਰਡਿੰਗ ਟੂ ਜੌਨ ਪਿਗਟ ਇਨ ਵਿੱਚ ਆ ਚਾਈਲਡ ਡਿਸਪਲੇ ਆਬਜੈਕਟਿਵ ਪਰਫਾਰਮੈਂਸ ਸੈਂਸਰੋ ਮੋਟਰ ਸਟੇਜ ਕਿਹੜੀ ਹੈ 0 ਤੋਂ ਲੈ ਕੇ 2 ਸਾਲ ਤੱਕ ਦੀ ਇਹਦੀਆਂ ਸਟੇਜੇ ਸਾਰੀਆਂ ਪੜ ਕੇ ਜਾਇਓ ਜੋਨ ਪਿਗਟ ਦੀਆਂ ਪੂਰੀ ਥਿਊਰੀ ਪੜ੍ਹ ਕੇ ਜਾਣੀ ਹੈ ਨੈਕਸਟ ਆ ਗਿਆ ਆਪਣਾ ਰੈਡੀਨੈਸ ਫॉर ਲਰਨਿੰਗ ਲਾਉਣ ਨੇ ਇਹ ਕਿਹਦਾ ਦਿੱਤਾ ਹੋਇਆ ਰੈਡੀਨੈਸ ਫॉर ਲਰਨਿੰਗ ਰੈਫਰਸ ਟੂ ਪ੍ਰੈਜ਼ੈਂਟ ਕੌਗਨੀਟਿਵ ਲੈਵਲ ਆਫ ਸਟੂਡੈਂਟਸ ਇਨ ਦਾ ਲਰਨਿੰਗ ਕੰਟੀਨਿਊਮ ਅਗਲਾ ਵੈਰੀ ਵੈਰੀ ਇੰਪੋਰਟੈਂਟ ਹੈ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਕਿਹਨੇ ਦਿੱਤੀ ਹੈ ਗਾਰਡੀਨਰ ਨੇ 8 ਤਰ੍ਹਾਂ ਦੀ ਇੰਟੈਲੀਜੈਂਸ ਦੱਸੀ ਹੈ ਨੇ ਯਾਦ ਰੱਖਣਾ ਅੱਠ ਤਰ੍ਹਾਂ ਦੀ ਇੰਟੈਲੀਜੈਂਸ ਤੇ ਅਕੋਰਡਿੰਗ ਟੂ ਜੌਨ ਪਿਗਟ ਵਿਚ ਪਲੇ ਇੰਪੋਰਟੈਂਟ ਰੋਲ ਇਨ ਇਨਫਲੂਐਂਸਿੰਗ ਡਿਵੈਲਪਮੈਂਟ ਐਕਟੀਵਿਟੀ ਸਭ ਤੋਂ ਮੇਨ ਰੋਲ ਹੈ ਐਕਟੀਵਿਟੀ ਤਾਂ ਤੁਹਾਨੂੰ ਜਿਹੜਾ ਕੁਐਸਚਨ ਦੇ ਵਿੱਚ 기ਵਨ ਹੋਊਗਾ ਆਪਸ਼ਨ ਦੇ ਵਿੱਚ ਆ ਦਿੱਤਾ ਹੋਊਗਾ ਐਕਸਪੀਰੀਅੰਸ ਵਿਦ ਦਾ ਫਿਜ਼ੀਕਲ ਵਰਡ ਮਤਲਬ ਕੋਈ ਨਾ ਕੋਈ ਐਕਟੀਵਿਟੀ ਹੈ ਟਵਾਈਜ਼ अर्ਲੀ ਚਾਈਲਡਹੂਡ विच ऑफ़ द फॉलिंग इज नॉट साइन ऑफ गिफ्टिड गिफ्टिड का इन्होंने केन नहीं है क्रियोसिटी क्रिएटिविटी पुअर रिलेनशिप विद पीडस इंटरस्ट इन एक्सट्रा रीडिंग सी ऑप्शन है पुअर रिलेनशिप वाला नैक्सट आ गया जी विच इंडीकेट्स द चेंज इन द क्वालिटी और करैक्टर ऑफ अ चाइल्ड डेवलपमेंट ਸਿੰਗਲ ਫੈਕਟਰ ਥਿਊਰੀ ਕਿਹਨੇ ਦਿੱਤੀ ਹੈ ਇੰਟੈਲੀਜੈਂਸ ਦੀ ਅਲਫਰਡ ਬਿਨਟ ਨੇ ਇਹਨੇ ਟੈਸਟ ਵੀ ਦਿੱਤੇ ਨੇ ਇੰਟੈਲੀਜੈਂਸ ਦੇ ਅਲੱਗ-ਅਲੱਗ ਹੂ ਗਿਵ ਮੋਰ ਸਟੈਸ ਟੂ ਦਾ ਫਿਲਾਸਫੀ ਆਫ ਸੋਸ਼ਲ ਕਨਸਟਰਕਟਿਵਿਜ਼ਮ ਵਿਗੋਸਟ ਕੇ ਇਹਦੀ ਥਿਊਰੀ ਵੀ ਚੰਗੀ ਤਰ੍ਹਾਂ ਪੜ੍ਹ ਕੇ ਜਾਣੀ ਆ ਆਈਕਿਊ ਸਕੋਰਸ ਆਰ ਜਨਰਲੀ ਆਹ ਫਿਲਿੰਗ ਦੀ ਬਲੈਂਕ ਦਿੱਤੀ ਹੋਈ ਸੀ ਜਿਹੜੀ ਫਿਲ ਕੀਤੀ ਹੈ ਆਈਕਿਊ ਸਕੋਰਸ आर जरनली रिलेटिड विद द एकेडमिक परफॉर्मेंस नेचर ऑफ चिल्ड्रन आर लाइक इमिटेटिव। ये भी बहुत इंपॉर्टेंट है आया हुआ से क्वेश्चन इमोशनल इंटेलिजेंस इज़ नॉट रिलेटेड टू आई क्यू इमोशनल इंटेलिजेंस है जो आई क्यू रिलेटेड नहीं हैगा अकॉर्डिंग टू थ्यूरी ऑफ मल्टीपल इंटेलीजेंस फिर नैक्सट है जी अपना ਲਰਨਿੰਗ ਬਾਈ ਡੂਇੰਗ ਲਰਨਿੰਗ ਬਾਈ ਲੀਵਿੰਗ ਇਹ ਕਿਹਦੇ ਪ੍ਰਿੰਸੀਪਲ ਨੇ ਕਾਰਡੀਨਲ ਪ੍ਰਿੰਸੀਪਲਸ ਆਫ ਲਰਨਰ ਸੈਂਟਰ এডੂਕੇਸ਼ਨ ਡੈਸ਼ ਇਸ ਦਾ ਕਪੈਸਿਟੀ ਟੂ ਅਕਵਾਇਰ ਐਂਡ ਅਪਲਾਈ ਨੋਲੇਜ ਇੰਟੈਲੀਜੈਂਸ ਇਹ ਡੈਫੀਨੇਸ਼ਨ ਆ ਇੰਟੈਲੀਜੈਂਸ ਦੀ ਹਾਊ ਅ ਟੀਚਰ ਸ਼ੁੱਡ ਬਿਹੇਵ ਵਿਦ ਦਾ ਸਟੂਡੈਂਟਸ ਟੀਚਰ ਜਿਹੜਾ ਸਟੂਡੈਂਟਸ ਨਾਲ ਕਿਦਾਂ ਬਿਹੇਵ ਕਰੇ ਫਾਦਰ ਲਾਈਕ ਫਰੈਂਡ ਲਾਈਕ ਜਰਨਲ ਔਰ ਐਲ্ডার ਲਾਈਕ ਆਨਸਰ ਹੈ ਫਰੈਂਡ ਲਾਈਕ ਸਾਈਨ ਆਫ ਕ੍ਰੀਏਟਿਵ ਚਾਈਲਡ ਉਹਦੀ ਕ੍ਰੀਏਟੀਵਿਟੀ ਜਿਹੜੀ ਹੈ ਉਹ ਸਾਈਨ ਹੁੰਦਾ ਕ੍ਰੀਏਟਿਵ ਚਾਈਲਡ ਦਾ ਸਿੰਬल्स ਆ ਆ ਵੀ ਬਹੁਤ ਇੰਪੋਰਟੈਂਟ ਹੈ ਸਿੰਬल्स ਆ ਰॉ ਮਟੀਰੀਅਲ ਆਫ ਥਿੰਕਿੰਗ ਡੈਸ਼ ਇਸ ਦਾ ਰੇਸ਼ੋ ਇਹ ਆਪਾਂ ਪੜ ਚੁੱਕੇ ਡੈਸ਼ ਇਸ ਦਾ ਰੇਸ਼ੋ ਆਫ ਮੈਂਟਲ ਏਜ ਟੂ ਦਾ ਕਰਨੋਲੋਜੀਕਲ ਏਜ ਮਲਟੀਪਲਾਈ ਬਾਈ 100 ਇਸ ਆਈਕਿਊ स्कीमा ऑर्गेनाइज्ड पैकेट्स ऑफ इंफॉर्मेशन स्टोर्ड इन द इन लॉन्ग टर्म मेमोरी याद रखना स्कीमा ਕੀ ਹੁੰਦਾ ਇਹ ਮੈਂ ਪੜਾਇਆ ਸੀ ਲਾਸਟ ਵੀਡੀਓ ਦੇ ਵਿੱਚ ਵੀ ਕਿ ਦੀ ਥਿਉਰੀ ਦੇ ਵਿੱਚ ਇਹ ਯੂਜ਼ ਹੁੰਦਾ ਹਾਊ many स्टेजेस ऑफ कॉग्नੈਕਟਿਵ ਡਿਵੈਲਪਮੈਂਟ ਬਾਏ ਪਿਗਟ ਕਿੰਨੀਆਂ स्टेजेस ਦਸੀਆਂ ਨੇ ਉਹਨੇ ਚਾਰ ਸਮੋਲੇਸਟ ਯੂਨਿਟਸ ਆਫ मीनिंग इन ਲੈਂਗੁਏਜ ਮੋਰਫੀਮ ਟੀਚਿੰਗ ਲਰਨਿੰਗ ਪ੍ਰੋਸੈਸ ਫੰਡਾਮੈਂਟਲੀ ਕੰਪਲੀਟਡ ਇਨ ਕਿੱਥੇ ਕੰਪਲੀਟ ਹੁੰਦੀ ਹੈ ਟੀਚਿੰਗ ਲਰਨਿੰਗ ਪ੍ਰੋਸੈਸ ਕਲਾਸਰੂਮ ਚ ਫਾਦਰ ਆਫ ਜੇਨੈਟਿਕ ਬਿਸਟੋਮੋਲੋਜੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਪਿਗਟ ਦਾ ਮੋਸਟ ਇੰਪੋਰਟੈਂਟ ਕੁਆਲਿਟੀ ਆਫ ਐਨ ਇਫੈਕਟਿਵ ਟੀਚਰ ਇਜ਼ ਉਹ ਗੁੱਡ ਮੋਟੀਵੇਟਰ ਹੋਣਾ ਚਾਹੀਦਾ ਕੁਐਸਚਨ ਕੁਐਸਚਨਿੰਗ ਇਨ ਕਲਾਸਰੂਮ ਕਲਾਸਰੂਮ ਚ ਕੁਐਸਚਨਿੰਗ ਦਾ ਕੀ मीनिंग ਹੈ ਉਹ ਕਲੈਰੀਫਾਈ ਕਰਦਾ ਦਾ ਸਬਜੈਕਟ ਮੈਟਰ ਨੂੰ ਇਹ ਆਪਸ਼ਨਸ ਨੇ ਪਹਿਲਾ ਹੀ ਆਨਸਰ ਹੈ ਨੈਕਸਟ ਆ ਗਿਆ ਆਪਣਾ ਪ੍ਰੈਡਿਕਸ਼ਨ ਐਜ਼ ਅ ਸਬ ਸਕਿੱਲ ਇਜ਼ ਐਸੋਸੀਏਟਿਡ ਵਿਦ ਰੀਡਿੰਗ ਰੀਡਿੰਗ ਨਾਲ ਐਸੋਸੀਏਟਿਵ ਹੈ ਮਾਈਂਡ ਮੈਪਿੰਗ ਕੀ ਹੈ ਰਿਸਰਚਿੰਗ ਦਾ ਫੰਕਸ਼ਨ ਆਫ ਮਾਈਂਡ ਡਾਇਲੈਕਸੀਆ ਵੈਰੀ ਵੈਰੀ ਇੰਪੋਰਟੈਂਟ ਹੈ ਰੀਡਿੰਗ ਡਿਸਆਰਡਰ ਹੁੰਦਾ ਹਿਊਮਨ ਪਰਸਨੈਲਿਟੀ ਇਸ ਦਾ ਰਿਜ਼ਲਟ ਆਫ ਵਿਚ ਆਫ ਦਾ ਫਾਲਿੰਗ ਇੰਟਰਐਕਟਿਵ ਬਿਟਵੀਨ ਹੈਰੀਡਿਟੀ ਐਂਡ এনवायरमेंट ਡੋਮੇਨ ਆਫ ਲਰਨਿੰਗ ਕਿਹੜੀ ਹੁੰਦੀ ਹੈ ਇਫੈਕਟਿਵ ਹਿਊਮਨ ਡਿਵੈਲਪਮੈਂਟ ਇਸ ਡਿਵਾਈਡਡ ਇਨਟੂ ਚਾਰ ਹਿੱਸਿਆਂ ਚ ਵੰਡਿਆ ਜਾਂਦਾ ਸਾਈਕੋਲੋਜੀਕਲ ਕੋਗਨੇਟਿਵ ਇਮੋਸ਼ਨਲ ਤੇ ਫਿਜ਼ੀਕਲ ਤੇ ਲਾਸਟ ਕਵੈਸਚਨਸ ਨੇ ਆਪਣੇ ਵੈਨਾ ਚਾਈਲਡ ਫੇਲ ਜਦੋਂ ਕੋਈ ਚਾਈਲਡ ਫੇਲ ਹੋ ਜਾਂਦਾ ਇਹਦਾ ਮਤਲਬ ਕੀ ਹੈ ਆਪਸ਼ਨ ਚ ਲਿਖਿਆ ਹੋਊਗਾ ਦ ਸਿਸਟਮ ਇਜ਼ ਫੇਲਡ ਇਨ ਦਾ ਕੰਟੈਕਸਟ ਆਫ এডੂਕੇਸ਼ਨ ਸੋਸ਼ੀਅਲਾਈਜੇਸ਼ਨ ਮੀਨਸ ਸੋਸ਼ੀਅਲਾਈਜੇਸ਼ਨ ਦਾ ਮਤਲਬ ਕੀ ਹੁੰਦਾ ਹੈ এডੂਕੇਸ਼ਨ ਦੇ ਸੰਦਰਭ ਦੇ ਵਿੱਚ ਐਡਾਪਟੇਸ਼ਨ ਐਂਡ ਅਡਜਸਟਿੰਗ ਟੂ ਦਾ ਸੋਸ਼ਲ এনवायरमेंट प्रोग्रेसिविज्म बिलीव्स दैट एजुकेशन कम्स फ्रॉम द एक्सपीरियंस ऑफ चाइल्ड इंपॉर्टेंट है अगला फेरे दे नाल ही रिलेटेड है प्रोग्रेसिविज्म बिलीव्स दैट चिल्ड्रन लर्न इन अ कम्युनिटी लास्ट क्वेश्चन द करिकुलम ऑफ एजुकेशनल इंस्टीट्यूट्स शुड बी बेस्ड ऑन थ्योरी एंड प्रैक्टिकल ਇਦੇ ਨਾਲ ਹੀ ਆਪਣੀ ਇਹ ਕਲਾਸ ਕੰਪਲੀਟ ਹੁੰਦੀ ਹੈ ਬਸ ਨਾਲ ਦੀ ਨਾਲ ਹੀ ਵੀਡੀਓ ਲੈ ਕੇ ਆਉਂਗਾ ਇਹਨਾਂ ਦੀਆਂ 50 50 ਕੁਐਸਚਨਸ ਦੀਆਂ ਤੇ ਕਰਦੇ ਰਹੋ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਬਾਏ